ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਵਾਸਤੇ ਦੇਖੋ ਕੀ ਨੇ ਪ੍ਰਸ਼ਾਸਨ ਦੀਆਂ ਤਿਆਰੀਆਂ। ਔਰ ਸਾਰੇ ਜਗ੍ਹਾ 'ਤੇ ਕੰਮ ਸ਼ੁਰੂ ਆ, ਇਸ 'ਤੇ ਪਹਿਲਾਂ ਸ਼ੁਰੂ ਸੀਗਾ, ਦੂਸਰੀਆਂ 'ਤੇ ਵੀ ਕਾਫੀ ਉਹਨਾਂ ਨੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਔਰ ਇਹ 45 ਤੋਂ ਲੈ ਕੇ 50,000 ਬੰਦਾ ਜਿਹੜਾ ਇਹਦੇ ਠਹਿਰ ਸਕਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਚੱਲਦਿਆਂ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ। ਜਿਹਨਾਂ ਦੀ ਰਿਹਾਇਸ਼ ਵਾਸਤੇ ਜਿੱਥੇ SGPC ਵੱਲੋਂ ਸਰਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ 3 ਜਗ੍ਹਾ ਉੱਤੇ ਟੈਂਟ ਸਿਟੀ ਬਣਾਈ ਜਾ ਰਹੀ ਹੈ। ਇਸ ਟੈਂਟ ਸਿਟੀ ਵਿੱਚ 45,000 ਲੋਕਾਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਟੈਂਟ ਸਿਟੀ ਦੇ ਵਿੱਚ ਘਰ ਵਾਂਗ ਹੀ ਸਹੂਲਤ ਦੀ ਹਰ ਚੀਜ਼ ਮੁਹੱਈਆ ਕਰਵਾਈ ਜਾਵੇਗੀ। ਇਸ ਟੈਂਟ ਸਿਟੀ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ, ਜਿਹਨਾਂ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਵਾਸਤੇ ਉਹ ਬਿਲਕੁਲ ਤਿਆਰ ਨੇ ਅਤੇ ਟੈਂਟ ਸਿਟੀ ਦਾ ਕੰਮ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ, ਜੋ ਇਸ ਮਹੀਨੇ ਦੇ ਅਖੀਰਲੇ ਹਫ਼ਤੇ ਤੱਕ ਪੂਰਾ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ। ਹੋਰ ਕੀ ਕੁਛ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਟੈਂਟ ਸਿਟੀ ਤੁਹਾਡੇ ਸਾਹਮਣੇ ਲੱਗ ਰਹੀ ਆ, ਕਾਫ਼ੀ ਮਤਲਬ 50% ਤੋਂ ਉੱਪਰ ਲੱਗ ਗਈ, 60%, ਔਰ 3 ਜਗ੍ਹਾ 'ਤੇ ਲੱਗ ਰਹੀ, 4 ਜਗ੍ਹਾ 'ਤੇ, ਔਰ ਸਾਰੇ ਜਗ੍ਹਾ 'ਤੇ ਕੰਮ ਸ਼ੁਰੂ ਆ, ਇਸ 'ਤੇ ਪਹਿਲਾਂ ਸ਼ੁਰੂ ਸੀਗਾ, ਦੂਸਰੀਆਂ 'ਤੇ ਵੀ ਕਾਫ਼ੀ ਉਹਨਾਂ ਨੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਔਰ ਇਹ 45 ਤੋਂ ਲੈ ਕੇ 50,000 ਬੰਦਾ ਜਿਹੜਾ ਇਹਦੇ ਠਹਿਰ ਸਕਦਾ। ਕਿੰਨੇ ਟਾਈਮ 'ਚ ਜਿਹੜਾ ਕੰਮ ਹੈ ਕੰਪਲੀਟ ਹੋ ਜਾਵੇਗਾ? ਇਹ ਅਗਲਾ ਮਹੀਨਾ ਹੈਗਾ, ਸਤੰਬਰ ਦੇ ਐਂਡ ਤੱਕ। ਕੋਈ ਧਰਤੀ ਆ ਸੁਲਤਾਨਪੁਰ ਲੋਧੀ, ਜਿੱਥੋਂ 13-13 ਤੋਲੀਆਂ ਆਪਣਾ ਜਿਹੜਾ ਗ੍ਰਿਸ਼ਤੀ ਜੀਵਨ ਸ਼ੁਰੂ ਕੀਤਾ। ਸਭ ਤੋਂ ਵੱਡੀ ਗੱਲ ਆ ਜਿਹੜਾ ਇੱਥੋਂ ਬਾਣੀ ਸ਼ੁਰੂ ਹੋਈ, ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੰਨਦੇ ਹਾਂ ਸਾਰੇ, ਅਤੇ ਬਾਣੀ ਇੱਕ ਓਂਕਾਰ ਇੱਥੋਂ ਸ਼ੁਰੂ ਹੋਇਆ ਔਰ ਲੋਕ ਹਮੇਸ਼ਾ ਇੱਥੇ ਬਹੁਤ ਵੱਡੀ ਤਾਦਾਦ 'ਚ ਆਉਣਾ ਹੈ ਕਿ ਲੋਕਾਂ ਨੇ, ਔਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਨਾ ਆਵੇ ਤਾਂ ਹੀ ਸਾਰੇ ਪ੍ਰਬੰਧਾਂ ਲਈ ਕਰਨ ਲਈ ਸਾਰੇ ਲੱਗੇ। ਗੁਰਪਿਆਰੇ, ਬੇਸ਼ੱਕ ਸਰਕਾਰ ਵੱਲੋਂ ਟੈਂਟ ਸਿਟੀ ਬਣਾਇਆ ਜਾ ਰਿਹਾ ਹੈ, ਪਰ ਨਾਲ ਦੀ ਨਾਲ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਜੋ ਵੀ ਵਿਦੇਸ਼ਾਂ ਤੋਂ NRIs ਆਉਣਗੇ ਇਸ ਸ਼ਤਾਬਦੀ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਉਹਨਾਂ ਦੀ ਸਿਕਿਉਰਿਟੀ ਦਾ ਵੀ ਖਾਸ ਖਿਆਲ ਰੱਖਿਆ ਜਾਵੇ, ਕਿਉਂਕਿ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਬਾਖੂਬੀ ਪਤਾ ਨੇ। ਨੌਜਵਾਨੀ ਬੇਰੁਜ਼ਗਾਰ ਪਈ ਹੈ, ਆਏ ਦਿਨ ਲੁੱਟ ਖੋਹ ਦੀਆਂ ਬਹੁਤ ਵਾਰਦਾਤਾਂ ਹੁੰਦੀਆਂ ਨੇ, ਚੋਰੀ ਚਕਾਰੀ ਦੀਆਂ ਬਹੁਤ ਵਾਰਦਾਤਾਂ ਹੁੰਦੀਆਂ ਨੇ। ਇਸ ਦੇ ਚੱਲਦਿਆਂ ਜਦੋਂ ਅਜਿਹੇ ਵੇਲੜਾਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਲੁਟੇਰਿਆਂ ਨੂੰ ਪਤਾ ਲੱਗੇਗਾ ਕਿ ਟੈਂਟ ਸਿਟੀ NRIs ਵਾਸਤੇ ਬਣਾਇਆ ਗਿਆ ਹੈ, ਤਾਂ ਉਸ ਦੇ ਉੱਤੇ ਵੀ ਉਹਨਾਂ ਦੀ ਅੱਖ ਜ਼ਰੂਰ ਰਹੇਗੀ। ਇਸ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਟੈਂਟ ਸਿਟੀਜ਼ ਦੇ ਚਾਰ ਦੁਆਰੇ ਸਿਕਿਉਰਿਟੀ ਦੇ ਠੋਸ ਅਤੇ ਪੁਖਤਾ ਬੰਦੋਬਸਤ ਜ਼ਰੂਰ ਕੀਤੇ ਜਾਣ, ਤਾਂ ਜੋ ਕੋਈ ਵੀ ਚੋਰ ਕਿਸੇ ਵੀ ਤਰ੍ਹਾਂ ਕਿਸੇ ਵੀ NRI ਨੂੰ ਨੁਕਸਾਨ ਪਹੁੰਚਾਉਣ ਵਿੱਚ ਕਾਮਯਾਬ ਕਦੇ ਵੀ ਨਾ ਹੋ ਸਕੇ ਜਾਂ ਚੋਰੀ ਕਰਨ ਵਿੱਚ ਕਾਮਯਾਬ ਨਾ ਹੋਵੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।